ਹੁਣ ਬਾਪੂ ਸੋਚਦਾ ਵੀ ਗਾਂ ਕਢਾਉਣਗੇ ਕੰਜਰ, ਉਹ ਇਕੱਠੇ ਜੇ ਕਰਕੇ ਲਿਆ ਕੇ ਨੂੰਹ ਦੇ ਮੱਥੇ ਮਾਰਦਾ, ਕਹਿੰਦਾ ਭਾਈ ਮੈਥੋਂ ਨੀ ਸੰਭਦੀ। ਤੇ ਨੂੰਹ ਆਨੇ ਜੇ ਕਰਦੀ ਕਹਿੰਦੀ ਬਾਪੂ ਵਿਹਲਾ ਰੋਟੀਆਂ ਖਾ ਛੱਡਦਾ, ਸੁਬਾਹ ਸ਼ਾਮ ਕੋਈ ਕੰਮ ਨੀ ਕਰ ਸਕਦਾ, ਜਵਾਕ ਹੀ ਨੀ ਖੜਾ ਸਕਦਾ, ਹਾੜਾ ਮੇਰੀ ਮਿੰਟਾਂ ਲੈ ਜਾ ਇਹਨਾਂ ਨੂੰ। ਬਾਪੂ ਵਿਚਾਰਾ ਫੇਰ ਲੈ ਜਾਂਦਾ ਤੇ ਜਵਾਕ ਉਹੀ ਕਰਤੂਤਾਂ ਫੇਰ ਕਰਦੇ, ਬਾਪੂ ਫੇਰ ਮੋੜ ਲਿਆਉਂਦਾ। ਜਦੋਂ ਦੂਜੀ ਵੇਰ ਮੁੜ ਕੇ ਆਉਂਦਾ ਨੂੰਹ ਆਨੇ ਜੇ ਕੱਢ ਕੇ, ਜਦੋਂ ਬੋਲਣ ਲੱਗਦੀ ਹੈ ਫਿਰ ਬਾਪੂ ਨੇ ਸੋਚਿਆ ਐਂ ਤਾਂ ਨੀ ਨੂੰਹ ਨੀ ਟਿਕਟਦਾ, ਇਹਨਾਂ ਨੂੰ ਜਵਾਬ ਦੇਣਾ ਪਊਗਾ। ਹੁਣ ਫਿਰ ਬਾਪੂ ਨੂੰਹ ਨੂੰ ਜਵਾਬ ਦਿੰਦਾ ਤੇ ਨੂੰਹ ਅੱਗੋਂ ਕੀ ਕਹਿੰਦੀ ਹੈ, ਦੋਵੇਂ ਲੜਦੇ ਕਿਵੇਂ, ਨਿੱਕੇ ਨਿੱਕੇ ਜਵਾਕਾਂ ਨੂੰ ਲੈ ਕੇ ਲੜਾਈ ਹੈ ਤੇ ਲੜਾਈ ਕਾਹਦੀ ਹੈ, ਤੁਸੀਂ ਮੇਲਿਆਂ 'ਚ ਦੇਖਿਆ ਹੋਣਾ, ਮਾਝੇ ਦੇ ਵਿੱਚ ਪੰਘੂੜਾ ਕਹਿ ਦਿੰਦੇ ਆ ਜਿਹਦੇ 'ਤੇ ਜਵਾਕ ਹੂਟੇ ਲੈਂਦੇ ਹੁੰਦੇ ਆ, ਆਹ ਸਾਡੇ ਚਡੋਲ ਕਹਿੰਦੇ ਉੱਧਰ ਮਾਲ ਵੇਲੇ ਪਾਸੇ। ਆਪਾਂ ਪੰਘੂੜੇ ਦੀ ਗੱਲ ਕਰ ਲਈਏ, ਬਾਪੂ ਕੀ ਕਹਿੰਦਾ ਤੇ ਨੂੰਹ ਕੀ ਕਹਿੰਦੀ, ਪੰਘੂੜੇ 'ਤੇ ਇੱਕ ਵਾਰੀ ਜਵਾਕ ਚੜ੍ਹਾ ਦਿਓ ਮੁੜ ਕੇ, ਭਾਵੇਂ ਸਾਰਾ ਮੇਲਾ ਨਾ ਲਾਓ। ਉੱਤੇ ਰੋਈ ਰਾਈ ਜਾਂਦੇ ਸਾਰਾ ਕੁਝ, ਵਿੱਚੇ ਜਦੋਂ ਥੱਲੇ ਵਾਲੇ ਕਹਿੰਦੇ ਮੀਂਹ ਕਿੱਥੋਂ ਆ ਗਿਆ, ਐਂ ਨਹੀਂ ਪਤਾ ਵੀ ਉਤਲਿਆਂ ਦਾ ਕੰਮ ਹੋ ਗਿਆ ਡਰਦਿਆਂ ਦਾ, ਸਾਰਾ ਕੁਝ ਐਂ ਚੱਲ, ਆਪਾਂ ਵੀ ਚੜ੍ਹਦੇ ਰਹੇ ਚੰਡੋਲਾਂ ਦੇ ਪੰਘੂੜਿਆਂ 'ਤੇ, ਉਹ ਵੇਲਾ ਚੇਤੇ ਕਰਾਉਣ ਲੱਗੇ ਨੂੰਹ ਕੀ ਕਹਿੰਦੀ ਆ ਤੇ ਬਾਪੂ ਕੀ ਕਹਿੰਦਾ। ਸੁਣ ਕੇ ਜ਼ਰਾ ਆਓ ਜੀ। ਅੱਖਾਂ ਤੋਂ ਵੀ ਘੱਟ ਦੱਸੇ ਤੁਰਦੇ ਨਾ ਗੋਡੇ ਮੇਰੇ, ਅੱਖਾਂ ਤੋਂ ਵੀ ਘੱਟ ਦੱਸੇ ਤੁਰਦੇ ਨਾ ਗੋਡੇ ਮੇਰੇ, ਪੈਰਾਂ ਦੀਆਂ ਉਂਗਲਾਂ ਤੇ ਜੁੱਤੀ ਲੱਗੀ ਆ, ਪੈਰਾਂ ਦੀਆਂ ਉਂਗਲਾਂ ਤੇ ਬੂਟ ਲੱਗੇ। ਬਿੰਦੇ ਚੱਟੇ ਕਹੀ ਤੂੰ ਖੜਾ ਲਿਆ ਜਵਾਕ ਬਾਪੂ, ਤੇ ਬਾਪੂ ਦਾ ਕੀ ਸਹੁਰੀਏ ਪੰਘੂੜਾ ਕੱਢਿਆ, ਇੱਕ ਵੀ ਚੜਾ ਦੋ ਮੁੜ ਕੇ ਪਾ ਸਾਰੀ ਜੜੀ। ਉਹ ਬਿੰਦੇ ਚੱਟੇ ਕਹੇ ਤੂੰ ਖਡਾ ਲਿਆ ਜਵਾਕ ਬਾਪੂ, ਬਾਪੂ ਦਾ ਕੀ ਸਹੁਰੀਏ ਘੋੜੇ ਨੇ ਕੀ ਸਹੁਰੀਏ ਪੰਘੂੜਾ ਕੱਢਿਆ, ਉਹ ਬਿੰਦੇ ਚੱਟੇ ਕਹੇ ਤੂੰ ਖਡਾ ਲਿਆ ਜਵਾਕ ਬਾਪੂ, ਬਾਪੂ ਦਾ ਕੀ ਸਹੁਰੀਏ ਪੰਘੂੜਾ ਕੱਢਿਆ। ਇੱਕ ਗੱਲ ਪੱਕੀ ਹੈ ਜੀ, ਜਿਹੜੇ ਆ ਪਿੰਡਾਂ ਵਾਲੇ ਜਵਾਕ ਹੁੰਦੇ ਇਹਨਾਂ ਦੇ ਸ਼ਹਿਰ ਵਾਲੇ ਇਹਨਾਂ 'ਚ ਫਰਕ ਬਹੁਤ ਹੁੰਦਾ। ਆ ਜਿਹੜੇ ਸ਼ਹਿਰ ਵਾਲੇ ਜਵਾਕ ਨਾ ਮਾੜਾ ਜਿਹਾ ਮੂੰਹ ਜਾਂ ਢਿੱਲਾ ਕਰਦੇ ਆ, ਉਹਦੀ ਟੋਫੀ ਚੋਕਲੇਟ ਫੜਾ ਦਿੰਦੇ, ਅੱਛੇ ਬੱਚੇ ਰੋਤੇ ਨਹੀਂ ਹੈ। ਆ ਸਾਡੇ ਪਿੰਡਾਂ ਵਾਲੇ ਪਹਿਲੀ ਗੱਲ ਤਾਂ ਰੋਂਦੇ ਨਹੀਂ, ਜੇ ਫਿਰ ਰੋਣ ਲੱਗ ਜਾਣੇ ਟੋਫੀ ਟੂਫੀ ਹਾਣੀ ਫਿਰਦੇ, ਫਿਰ ਦੇਸੀ ਤਰੀਕਾ ਬਣਾਉਣਾ ਪੈਂਦਾ। ਫਿਰ ਬਾਪੂ ਕੋਲੇ ਖੁੰਡੀ ਹੁੰਦੀ, ਜਿਹੜਾ ਨਿੱਕਾ ਬਾਹਲਾ ਰੋਂਦਾ ਨਾ, ਫਿਰ ਸ਼ਾਮ ਜੀ ਨੂੰ ਲੋਹੇ ਵਾਲੇ ਗੇਟ ਕੋਲੇ ਲੈ ਜਾਂਦਾ ਬਾਪੂ, ਆਸਾ ਪਾਸਾ ਦਾ ਵੇਖ ਕੇ ਜ਼ੋਰ ਦੀ ਮਾਰਦਾ, ਕਹਿੰਦਾ ਚੁੱਪ ਕਰ ਜਾ ਕੰਜਰਾ ਮਾਊ ਆਜੂਗਾ, ਕੋਈ ਟੋਫੀ ਨਹੀਂ ਕੋਈ ਚੋਕਲੇਟ ਨਹੀਂ, ਜਵਾਕ ਐਸਾ ਮਾਊ ਤੋਂ ਡਰਿਆ ਤਾਂ ਆਪ ਜਾ ਚੜਾ ਗਿਆ। ਹੁਣ ਬਾਪੂ ਨੇ ਸੋਚਿਆ ਵੀ ਕਿਤੇ ਨੂੰਹ ਨੂੰ ਨਾ ਦੱਸ ਦੇ ਵੀ ਮੈਨੂੰ ਬਾਪੂ ਨੇ ਝਿੜਕਿਆ। ਨੂੰਹ ਵੀ ਕਹਿੰਦੀ ਜਵਾਕ ਦੋ ਦਿਨ ਹੋ ਗਏ ਢਿੱਲਾ ਜਾ ਤੁਰਿਆ ਫਿਰਦਾ। ਹੁਣ ਬਾਪੂ ਨਾਲ ਉਹਦੀ ਰਿਸ਼ਵਤ ਦੇਣ ਵਾਸਤੇ ਇਹਨੂੰ ਹੱਟੀ 'ਤੇ ਲੈ ਜਾ ਲਓ, ਚੱਲ ਪੁੱਤ ਤੈਨੂੰ ਚੀਜ਼ ਚੀਜ਼ ਦਵਾ ਕੇ ਲਿਆ। ਹੁਣ ਬਾਪੂ ਨਾਲ ਹੱਟੀ 'ਤੇ ਜਾ ਕੇ ਜਵਾਕ ਕੀ ਮੰਗਦਾ, ਉਹਨੂੰ ਪਤਾ ਸੀ ਵੀ ਅੱਜ ਹੀ ਬਾਪੂ ਸੂਤਾ, ਹੁਣ ਕੀ ਮੰਗਦਾ ਦੇਖੋ ਧਿਆਨ ਨਾਲ ਜਰਾ। ਕੋਈ ਮੰਗੇ ਪੋਪਲੇ ਕੋਈ ਟੋਫੀ ਦਾ ਸ਼ਕੀਨ, ਕੋਈ ਮੰਗਦਾ ਪਟਾਕੇ ਹੈ ਜਲਾਉਣ ਨੂੰ, ਕੋਈ ਮੰਗੇ ਪੋਪਲੇ ਕੋਈ ਟੋਫੀ ਦਾ ਸ਼ਕੀਨ, ਕੋਈ ਮੰਗਦਾ ਪਟਾਕੇ ਹੈ ਜਲਾਉਣ ਨੂੰ, ਉਹਨੂੰ ਮੈਂ ਕੱਲ ਪਸਤਾਉਣ ਲੈ ਕੇ ਦਿੱਤਾ, ਅੱਜ ਮੰਗਦਾ ਏ ਰੀਲ ਵਿੱਚ ਪਾਉਣ।
ਵਿੱਚ ਪਾਉਣ ਨੂੰ ਉਹ ਪੈਸਿਆਂ ਦਾ ਖਾਓ ਨੇਰੇ ਤੇਰੇ ਤਾਂ ਜਵਾਕ ਪੈਸਿਆਂ ਦਾ ਖਾਓ ਨੇਰੇ ਤੇਰੇ ਤਾਂ ਜਵਾਕ ਇਹਨਾਂ ਨੂੰ ਤਾਂ ਬੁੜਾ ਜਿਵੇਂ ਖਾਣ ਲੱਭੇ ਆ ਇਹਨਾਂ ਨੂੰ ਤਾਂ ਬਾਪੂ ਜਿਵੇਂ ਖਾਣ ਲੱਭੇ ਆ ਜੰਡ ਗਏ ਤੂੰ ਖਡਾ ਲਿਆ ਜਵਾਕ ਬਾਪੂ ਬਾਪੂ ਦਾ ਕੀ ਸੌਰੀਏ ਮੁੜੇ ਨੇ ਕਿ ਸੌਰੀਏ ਪੰਘੂੜਾ ਕੱਟਿਆ ਬਿੰਦੇ ਜੰਡ ਗਏ ਤੂੰ ਖਡਾ ਲਿਆ ਜਵਾਕ ਬਾਪੂ ਬਾਪੂ ਦਾ ਕੀ ਸੌਰੀਏ ਪੰਘੂੜਾ ਕੱਟਿਆ ਇੱਕ ਗੱਲ ਹੋਰ ਪੱਕੀ ਹੈ ਜੀ ਜਿਹੜੇ ਪਿੰਡ ਵਾਲੇ ਜਵਾਕ ਇਹਨਾਂ ਨੂੰ ਸ਼ਹਿਰ ਕਦੇ ਕਦੇ ਜਾਣ ਦਾ ਮੌਕਾ ਮਿਲਦਾ ਜਾਣਗੇ ਤਾਂ ਬੇਬੇ ਨਾਲ ਭੇਜ ਦਿੰਦੇ ਬੇਬੇ ਦਾ ਪਾਸ ਜਿਹਾ ਬਣਿਆ ਹੁੰਦਾ ਤੇ ਬੇਬੇ ਵੀ ਫੁੱਲਾਂ ਵਾਲਾ ਝੋਲਾ ਫੜ ਕੇ ਇੱਕ ਜਵਾਕ ਇੱਧਰ ਕਿੱਧਰ ਆ ਭੀੜੇ ਜੇ ਬਾਜ਼ਾਰ 'ਚ ਵੜ ਜਾਂਦੀ ਜਿਵੇਂ ਹੈਲੀਕਾਪਟਰ ਉੱਤਰਿਆ ਹੁੰਦਾ ਇੱਧਰੋਂ ਬੇਬੇ ਦਾ ਇੱਧਰੋਂ ਸਾਈਕਲ ਵਾਲਾ ਹੁੰਦਾ ਐਂ ਅੜ ਜਾਂਦਾ ਬੇਬੇ ਦਾ ਮੂੰਹ ਐਂ ਨੂੰ ਉੱਧਰੋਂ ਕੋਈ ਹੋਰ ਆ ਗਿਆ ਰਕਸ਼ੇ ਵਾਲਾ ਬੇਬੇ ਦਾ ਮੂੰਹ ਐਂ ਨੂੰ ਜਦੋਂ ਬੇਬੇ ਦੋ ਕੁ ਵਾਰੀ ਐਂ ਕਰਦੀ ਬੇਬੇ ਦੇ ਸੈੱਲ ਡਾਊਨ ਉੱਥੇ ਹੀ ਸਿੱਟ ਡਾਊਨ ਬੇਬੇ ਬਹਿ ਜਾਂਦੀ ਦੁਕਾਨ ਮੂਹਰੇ ਹੁਣ ਜਵਾਕ ਸੋਚਦੇ ਵੀ ਬੇਬੇ ਮੋੜ ਕੇ ਲਿਜਾਊਗੀ ਲੈ ਕੇ ਤਾਂ ਕੁਛ ਦੇਣਾ ਨੀ ਫਿਰ ਬਾਹਰੋਂ ਸੈਨੀਟਾਈਜ਼ਰ ਲਾਉਂਦੇ ਵੀ ਇਸੇ ਦੁਕਾਨ ਤੋਂ ਲੈ ਲਓ ਜਿਹੜਾ ਕੁਛ ਲੈਣਾ ਹੈ ਇੱਧਰ ਲੱਗਦਾ ਬੇਬੇ ਸਿੱਲਾਂ ਤੇ ਚੱਲਣ ਵਾਲਾ ਬਾਂਦਰ ਹੀ ਲੈ ਦੇ ਟਕਾ ਕੇ ਕੰਨ ਤੇ ਮਾਰਦੀ ਕਹਿੰਦੀ ਘਰੇ ਬਾਪੂ ਕਾਹਦੇ ਹੱਸਦੇ ਹੁਣ ਕਿੱਥੇ ਸਿੱਲਾਂ ਵਾਲਾ ਬਾਂਦਰ ਕਿੱਥੇ ਬਾਪੂ ਵਿਚਾਰਾ ਬਜ਼ੁਰਗਾਂ ਦੀ ਕਦਰ ਜਿਹੜਾ ਇੱਧਰ ਲਾਉਂਦਾ ਕਹਿੰਦਾ ਬੇਬੇ ਰਬੜ ਦੇ ਨਾਲੇ ਵਾਲੀ ਨੀਕਰ ਲੈ ਦੇ ਹੁਣ ਬੇਬੇ ਨੇ ਕਿੱਥੇ ਦੇਖੀ ਵਿਚਾਰੇ ਨੇ ਘਬਰਾ ਗਈ ਲਿਆ ਕੇ ਮੱਥੇ ਮਾਰਦੀ ਹੈ ਬਾਪੂ ਦੀ ਕਹਿੰਦੀ ਖਡਾ ਲਾ ਮੈਥੋਂ ਨਹੀਂ ਖੇਡਦੀ ਹੁਣ ਫਿਰ ਬਾਪੂ ਉਦੋਂ ਕੰਜੂਸ ਹੈ ਹੁਣ ਇਹ ਕਿਹੜਾ ਕੁਝ ਲੈ ਕੇ ਦਿੰਦਾ ਫਿਰ ਵੇਖੋ ਖਡਾਉਂਦਾ ਕਿਵੇਂ ਜਵਾਕ ਨੂੰ ਪਰਮਾਤਮਾ ਸਭ ਨੂੰ ਬੱਚੇ ਦੇਵੇ ਅੱਜ ਕੱਲ੍ਹ ਖਰਚੇ ਵੱਧ ਗਏ ਐਂ ਖੜਾਇਆ ਕਰੋ ਜਵਾਕ ਜਿਵੇਂ ਮੈਂ ਖੜਾਉਣਾ ਵੇਖੋ ਕਿਵੇਂ ਖੜਾਉਂਦਾ ਆਹ ਲਓ ਫੜੀ ਬੁੱਧ ਚੰਗਾ ਭਾਈ ਮੇਰੇ ਨਾਲ ਭੇਜ ਦੇ ਨਿਆਣੇ ਕਰੂੰ ਔਖਾ ਸੌਖਾ ਇੰਨਾ ਤਾਂ ਹੀ ਲੋਟ ਚੰਗਾ ਭਾਈ ਮੇਰੇ ਨਾਲ ਭੇਜ ਦੇ ਜਵਾਕ ਕਰੂੰ ਔਖਾ ਸੌਖਾ ਇੰਨਾ ਤਾਂ ਹੀ ਲੋਟ ਹੱਡੀ ਤੋਂ ਦਵਾਉਣਾ ਜਾ ਕੇ ਕੱਚ ਦੀਆਂ ਗੋਲੀਆਂ ਤੇ ਇਹਨਾਂ ਨੂੰ ਖੜਾਉਂ ਫੇਲ ਚੋਟ ਮੈਂ ਮੇਰੀ ਕੰਬ ਢਾਪੇ ਨੇ ਅਕਲ ਦੱਬੀ ਹੈ ਪੁੱਤ ਮੇਰੀ ਕੰਬ ਢਾਪੇ ਨੇ ਅਕਲ ਦੱਬੀ ਹੁਣ ਬਾਪੂ ਲਾਲਚ ਪਤਾ ਕਿਵੇਂ ਲਾਉਂਦਾ ਜਵਾਕਾਂ ਨੂੰ ਕਹਿੰਦਾ ਲੈਣ ਬਣਾਓ ਇੱਕ ਦੂਜੇ ਦਾ ਝੱਗਾ ਫੜੋ ਤੇ ਮੂਹਰਲੇ ਨੂੰ ਆਪਦਾ ਝੱਗਾ ਫੜਾ ਲਾ ਫੜ ਪੁੱਤ ਲੱਗੋ ਸਿਖਾ ਰਿਹਾ ਕਰ ਵੱਲ ਮਾਸਟਰ ਕਹਿੰਦਾ ਤੂੰ ਫੜੋ ਮੇਰਾ ਚੱਕਾ ਤੁਹਾਡਾ ਇੰਜਣ ਬਣਾ ਮੈਂ ਮੇਰੇ ਪਿੱਛੇ ਪਿੱਛੇ ਆ ਜਾਓ ਜਿਵੇਂ ਰੇਲ ਗੱਡੀ ਹੈ ਫੜੋ ਮੇਰਾ ਚੱਕਾ ਤੁਹਾਡਾ ਇੰਜਣ ਬਣਾ ਮੈਂ ਮੇਰੇ ਪਿੱਛੇ ਪਿੱਛੇ ਆ ਜਾਓ ਜਿਵੇਂ ਰੇਲ ਉੱਤ ਪਿੱਛੇ ਪਿੱਛੇ ਆ ਜਾਓ ਜਿਵੇਂ ਰੇਲ ਗੱਡੀ ਹੈ ਉਹ ਰੇਲ ਗੱਡੀ ਹੈ ਉਹ ਰੇਲ ਗੱਡੀ ਹੈ ਲੈ ਜੀ ਲੈ ਕੇ ਕੁਛ ਨੀ ਦਿੱਤਾ ਮੇਲੇ ਚ ਪੁੱਤ ਚੀਜ਼ ਜੀ ਲੈ ਲਈ ਇਹਨੂੰ ਬਦਲ ਹਾਂ ਜੇ ਜੱਸੀ ਨੇ ਇੱਕ ਵਿਆਹ ਸੁਣਾਉਣਾ ਜੱਸੀ ਵਿਆਹ ਸੁਣਾ ਦੇ ਫਿਰ ਨਾਲ ਦੇ ਗੁੱਡੀ ਦਾ ਪ੍ਰਾਹੁਣਾ ਉਹਦੀ ਫਰਮਾਇਸ਼ ਮੈਂ ਨਾਲ ਦੇਣਾ ਉਹ ਵੀ ਸੁਣਾ ਦੇ ਜਲਦੀ ਜਲਦੀ ਬਹੁਤ ਸਾਰਾ ਮਾਨ ਬਹੁਤ ਸਾਰਾ ਪਿਆਰ ਮਿਲਿਆ ਮਿਹਰਬਾਨੀ ਸ਼ੁਕਰੀਆ ਤੁਸੀਂ ਬੜੇ ਪਿਆਰ ਨਾਲ ਇੰਨੀ ਗਰਮੀ ਦੇ ਵਿੱਚ ਮਸੀ ਤੇ ਫੱਟੀ ਦੇ ਉੱਤੇ ਅਸੀਂ ਊੜਾ ਊੜਾ ਲਿਖਦੇ ਹੁੰਦੇ ਸੀ ਤੇ ਦੋ ਕੰਮ ਆਉਂਦੀ ਸੀ ਇੱਕ ਤਾਂ ਲਿਖਣ ਦੇ ਤੇ ਦੂਜਾ ਤੁਹਾਨੂੰ ਪਤਾ ਹੀ ਹੈ ਪੰਜਾਬੀ ਜਿਹੜਾ ਲੈਂਦੇ ਹੁੰਦੇ ਜਿਹਦੇ ਮਰਜ਼ੀ ਮੌਰਾ 'ਚ ਧਰਦੀ ਸੀ ਅੰਬ ਦੀ ਬਣੀ ਹੈ ਦੁੱਖ ਦੇਣੀ ਵਿਜਾਲੇ ਟੁੱਟਦੀ ਹੁੰਦੀ ਸੀ ਇਹਦੇ ਪੱਤਰੀਆਂ ਜਿਹੀਆਂ ਲਵਾ ਕੇ ਬਾਪੂ ਹੀ ਦਿੰਦੇ ਹੁੰਦੇ ਸੀ ਨਵੀਂ ਨਹੀਂ ਲੈ ਕੇ ਦਿੰਦੇ ਸੀ ਉਦੋਂ ਤੇ ਇਹਨੂੰ ਅਸੀਂ ਪੋਚਦੇ ਹੁੰਦੇ ਸੀ ਗਾਚੀ ਨਾਲ ਆਹ ਗਾਚੀ ਹੈ ਇਹਨੂੰ ਐਂ ਪੋਚਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਵੈਸੇ ਫੱਟੀ ਪੋਚ ਦਿੰਦੇ ਜੋ ਸਰਕਾਰ ਬਦਲਦੀ ਨੇ ਜਿਹੜੇ ਹਾਰ ਜਾਂਦੇ ਘਰੇ ਬੈਠੇ ਦੀ ਪੋਚ ਦਿੰਦੇ ਆ ਐਸੇ ਕੇਸ ਕੁੰਮਦੇ ਮੁੜ ਕੇ ਬੰਦਾ ਨਿਕਲਦਾ ਜੀ ਅਸੀਂ ਇਹਦੇ ਨਾਲ ਪੋਚਦੇ ਹੁੰਦੇ ਗਾਚੀ ਵੀ ਦੋ ਕੰਮ ਆਉਂਦੀ ਸੀ ਜਿਹੜੇ ਪੁਰਾਣੇ ਸੱਜਣ ਬੈਠੇ ਨੇ ਮੇਰੇ ਹਾਣੀ ਉਹਨਾਂ ਨੂੰ ਯਾਦ ਆ ਗਿਆ ਹੁਣ ਗਾਚੀ ਦੂਜੇ ਕੰਮ ਕਿਹੜੇ ਆਉਂਦੀ ਸੀ ਅੱਜ ਕੱਲ੍ਹ ਜਵਾਕ ਟੌਫੀਆਂ ਖਾਂਦੇ ਆ ਅਸੀਂ ਗਾਚੀ ਖਾਂਦੇ ਰਹੇ ਬਹੁਤ ਸਵਾਦ ਹੁੰਦੀ ਸੀ ਸਵਾਦ ਆ ਜਾਂਦਾ ਸੀ ਅੱਧੀ ਪੋਚਣ ਦੇ ਤੇ ਅੱਧੀ ਖਾਣ ਦੇ ਅੱਧੀ ਇੱਥੇ ਪਈ ਹੈ ਆਹ ਨਿੱਕੀ ਜਿਹੀ ਦੁਆਤ ਹੁੰਦੀ ਸਾਡੇ ਕੋਲ ਜਿਹਦੇ 'ਚ ਸਾਹ ਹੁੰਦੀ ਸੀ ਆਹ ਦਿਸ ਜੂਗੀ ਸ਼ਾਇਦ ਸੱਜਣਾ ਇਹਦੇ 'ਤੇ ਰਬੜ ਦਾ ਡਾਟਾ ਹੁੰਦਾ ਸੀ ਇਹਦੇ 'ਚ ਆ ਪੰਜੀ ਦੀ ਪੁੜੀ ਸ਼ਾਇਦ ਤੁਹਾਨੂੰ ਦਰਸ਼ਨ ਹੋ ਜਾਣ ਇਹਦੇ 'ਤੇ ਉਰਦੂ ਲਿਖਿਆ ਹੁੰਦਾ ਸੀ ਪੰਜ ਪੈਸਿਆਂ ਦੀ ਪੁੜੀ ਇਹਦੇ ਵਿੱਚ ਪਾ ਕੇ ਉੱਤੋਂ ਡਾਟਾ ਲਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਫਿਰ ਪੂਰਾ ਇਸ ਤਰ੍ਹਾਂ ਐਂ ਕਰਕੇ ਘੋਲੀ ਦੀ ਹੁੰਦੀ ਸੀ ਉਸ ਤੋਂ ਬਾਅਦ ਡਾਟਾ ਖੋਲ੍ਹ ਕੇ ਇਹਦੇ 'ਚ ਕਾਨੇ ਵਾਲੀ ਕਲਮ ਨਾਲ ਕੱਢ ਕੇ ਊੜਾ ਆੜਾ ਲਿਖੀਦਾ ਸੀ ਅਤੇ ਜੇ ਕਿਤੇ ਨਾਲ ਦੇ ਬੈਠੇ ਨੇ ਇੱਕ ਤਾਂ ਟੋਭਾ ਇੱਧਰੋਂ ਲੈ ਲੈਣਾ ਨਾ ਅਗਲੇ ਦਿਨ ਉਹਦੀ ਜਾਨ ਨਹੀਂ ਛੱਡੀ ਸੀ ਪਹਿਲਾਂ ਮੇਰਾ ਕੱਲ੍ਹ ਵਾਲਾ ਇੱਕ ਟੋਭਾ ਦੇ ਜਿਹੜਾ ਆਧਾਰ ਆ ਗਿਆ
ਇੰਨੀ ਇਮਾਨਦਾਰੀ ਹੁੰਦੀ ਸੀ, ਅੱਜ ਕੱਲ੍ਹ ਤਾਂ ਲੱਖਾਂ ਲੈ ਕੇ ਲੋਕ ਮੁੱਕਰ ਜਾਂਦੇ। ਉਹ ਮੇਲਾ ਚੇਤੇ ਕਰਾਉਣ ਲੱਗਾ। ਇੱਕ ਸਾਡੇ ਕੋਲ ਸਲੇਟ ਹੁੰਦੀ ਸੀ, ਅੱਜ ਕੱਲ੍ਹ ਬੱਚੇ ਰੱਬ ਕਾਪੀਆਂ, ਸਲੇਟ ਹੁੰਦੀ ਸੀ ਇਹਦੇ ਉੱਤੇ ਅਸੀਂ ਉੜਾੜਾ ਲਿਖਦੇ ਹੁੰਦੇ ਸੀ, ਤੇ ਸਲੇਟੀ ਵੀ ਦੋ ਕੰਮ ਆਉਂਦੀ ਸੀ, ਯਾਦ ਆ ਗਏ ਲਿਖਣ ਦੇ ਤੇ ਸਵਾਦ ਇਹ ਵੀ ਬਹੁਤ ਹੁੰਦੀ। ਇਹਨੂੰ ਸਾਫ ਕਿਵੇਂ ਕਰਦੇ ਹੁੰਦੇ ਸੀ ਇਹਨੂੰ ਤਾਂ ਪਤਾ ਹੀ ਨਹੀਂ, ਅੱਧੇ ਨੂੰ ਯਾਦ ਆ ਗਿਆ ਹੁਣ। ਇੱਥੋਂ ਸਮਾਨ ਭਰ ਕੇ ਲਿਖਦੇ ਸਤਾਂ ਨੂੰ ਹੌਲੀ ਹੌਲੀ ਆ ਗਏ ਯਾਦ। ਹਾਂ ਐਂ ਕਰਕੇ ਕਰਦੇ ਹੁੰਦੇ, ਇੰਨਾ ਗੰਦ ਪਾ ਕੇ ਵੀ ਅਸੀਂ ਸੁੱਚੇ ਹੁੰਦੇ ਸੀ ਉਦੋਂ, ਕਿਉਂਕਿ ਟਾਈਮ ਬਾਹਲਾ ਚੰਗਾ ਸੀ। ਇੱਕੋ ਹੀ ਕਾਇਦਾ ਹੁੰਦਾ ਸੀ ਸਾਡੇ ਕੋਲੇ, ਊੜਾ ਊਠ ਪਹਿਲਾ ਪਾਠ ਹੁੰਦਾ ਸੀ, ਇਸੇ ਪਿੱਛੇ ਛਿੱਤਰ ਖਾਈ ਜਾਂਦੇ ਸੀ। ਬਾਪੂ ਜੀ ਨੇ ਘਰੇ ਬੋਤਾਂ ਦੇ ਦਿੱਤੇ, ਆਹ ਊੜਾ ਊਠ ਅਸੀਂ ਬੋਤਾਂ ਕਹਿ ਦੇਣਾ, ਮਾਸਟਰ ਜੀ ਨੇ ਉਹਦੇ ਕਹਿਣਾ ਮੁਰਗਾ ਬਣ ਜਾ, ਨਾ ਸਾਨੂੰ ਬੋਤੇ ਨੇ ਪੜ੍ਹ ਦਿੱਤਾ ਨਾ ਮੁਰਗੇ ਨੇ ਪੜ੍ਹ ਦਿੱਤਾ, ਸਾਰੇ ਜਾਨਵਰ ਬਣਾ ਲਏ। ਅੱਜ ਕੱਲ੍ਹ ਬੱਚੇ ਲਿਮਕਾ ਪੀਂਦੇ, ਕੋਕ ਪੀਂਦੇ, ਬੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆ ਗਈਆਂ। ਸਾਡੇ ਵੀਰੀ ਦੁੱਖ ਦੇਣਾ ਹੀ ਆਇਆ ਸੀ ਗੋਲੀ ਵਾਲਾ ਬੱਚਾ, ਇਹਦੀ ਬੜੀ ਚੜ੍ਹਾਈ ਹੁੰਦੀ ਸੀ, ਗੁੱਸਾ ਜਿਹਾ ਹੁੰਦਾ ਸੀ ਉਦੋਂ, ਵੈਸੇ ਫਰਿੱਜਾਂ ਤਾਂ ਹੁੰਦੀਆਂ ਸੀ, ਅਸੀਂ ਇਹ ਛੱਕਦੇ ਹੁੰਦੇ ਸੀ। ਅਗਲੀ ਗੱਲ ਮੈਂ ਗੱਲ ਨਹੀਂ ਕਰਦਾ, ਕਾਸਕੋ ਦੀ ਗੇਂਦ ਬੱਚੇ 50 ਰੁਪਏ ਦੀ ਲਿਆਉਂਦੇ ਆ ਕ੍ਰਿਕਟ ਖੇਡਣ ਨੂੰ, ਆ ਸਾਨੂੰ ਲੀਰਾਂ ਦੀ ਬਾਪੂ ਘਰੇ ਬਣਾ ਕੇ ਦਿੰਦਾ, ਅਤੇ ਜਿੱਥੋਂ ਮਰਜ਼ੀ ਟਾਹਣਾ ਵੱਢ ਕੇ ਸਾਡੀ ਹਾਕੀ ਹੁੰਦੀ ਸੀ ਅਤੇ ਗੁੱਲੀ ਡੰਡਾ, ਇਹ ਤਾਂ ਬਾ ਜਵਾਕ ਭੁੱਲ ਹੀ ਗਏ ਅੱਜ ਕੱਲ੍ਹ। ਹੈ ਕੀ ਮਾਰੋ ਤੁਹਾਡੀ ਪੁੱਤ, ਹਾਂ ਇਹ ਕ੍ਰਿਕਟ ਆ ਸਾਡੀ, ਤੁਸੀਂ ਕ੍ਰਿਕਟ ਖੇਡਦੇ ਹਾਂ ਅਸੀਂ ਇਹ ਖੇਡਦੇ ਹਾਂ। ਅਗਲੀ ਗੱਲ ਮੈਂ ਗੱਲ ਨਹੀਂ ਕਰਦਾ, ਅੱਧੀ ਛੁੱਟੀ ਘਰ ਭੱਜ ਜਾਣਾ ਇੱਕ ਦੂਜੇ ਦੀ ਰੋਟੀ ਖਾਣਾ, ਉਹ ਫੇਰ ਨਾ ਲੱਭਿਆ ਬਚਪਨ ਵਾਲਾ ਮੈਨੂੰ ਕਿਤੇ ਨਜ਼ਾਰਾ, ਸੀ ਇਕੱਠੇ ਬੰਟੇ ਖੇਡਦੇ ਮੈਂ ਤੇ ਫੌਜੀ, ਕਰਤਾਰਾ ਖੁੱਲ੍ਹੇ ਚੱਲਣ ਲਈ। ਨੋ ਸ਼ੇਰ ਸਿੱਧਾ ਸਾਹਿਬ, ਅੱਧੀ ਛੁੱਟੀ ਘਰ ਭੱਜ ਜਾਣਾ ਤੇ ਇੱਕ ਦੂਜੇ ਦੀ ਰੋਟੀ ਖਾਣਾ, ਅੱਜ ਖਾ ਕੇ ਵਿਖਾਓ ਅਗਲਾ ਸਿੰਘਾਂ ਦੇ ਮਾਰ ਦੋ ਡੱਬੇ ਚ ਹੁੰਦੀ, ਸਾਡੇ ਵੀ ਪੌਣੇ 'ਚ ਹੁੰਦੀ ਸੀ ਪੌਣੇ 'ਚ, ਅਤੇ ਨਾਲੇ ਤਾਂ ਰੋਟੀ ਖਾ ਲਈ ਦੀ ਸੀ ਅਗਲੇ ਦੇ, ਨਾਲੇ ਪੌਣੇ ਨਾਲ ਸਾਈਕਲ ਸਾਫ਼ ਕਰੀਦਾ ਸੀ, ਦੋ ਕੰਮ ਲਈਦੇ ਸੀ ਯਾਰ ਜੀ। ਅੱਗੇ ਸੁਣੋ ਕਰਨੀ, ਅੱਧੀ ਛੁੱਟੀ ਘਰ ਭੱਜ ਜਾਣਾ ਇੱਕ ਦੂਜੇ ਦੀ ਰੋਟੀ ਖਾਣਾ, ਇੱਕ ਦੂਜੇ ਦੀ ਵੀ ਕਿੱਥੇ ਰਿਮੋਟ ਹੁੰਦੇ ਸੀ, ਆਪ ਹੀ ਜਹਾਜ਼ ਬਣਾਈ ਦਾ ਸੀ, ਨਾਲੇ ਛਿੱਤਰ ਖਾਈ ਦੀ, ਸਾਡੇ ਜਹਾਜ਼ ਵੇਖੋ ਕਿਹੜੇ ਹੁੰਦੇ। ਹੋ ਕਾਪੀਆਂ ਪਾਰ ਜਹਾਜ਼ ਬਣਾਉਣੇ, ਮਾਸਟਰ ਜੀ ਨੇ ਕੰਨ ਫੜਾਉਣੇ, ਕਾਪੀਆਂ ਪਾਰ ਜਹਾਜ਼ ਬਣਾਉਣੇ, ਮਾਸਟਰ ਜੀ ਨੇ ਕੰਨ ਫੜਾਉਣੇ, ਪੁੱਠੇ ਹੱਥਾਂ ਤੇ ਡੰਡੇ ਖਾ ਕੇ, ਪੁੱਠੇ ਹੱਥਾਂ ਤੇ ਡੰਡੇ ਖਾ ਕੇ ਨਹੀਂ ਸੁਧਰਨਾ ਯਾਰਾ, ਗੋਲੀ ਵਾਲੇ ਪੱਤੇ ਪੀਣੇ, ਬਰਫ਼ ਨਾ ਹੋਣੀ ਤੱਤੇ ਪੀਣੇ, ਕੋਈ ਨਹੀਂ ਬਾਹਰ ਕਰਾਉਂਦਾ ਸੀ, ਉੱਥੇ ਛਿੱਤਰ ਖਾਈਦੇ ਸੀ, ਉੱਥੇ ਰੌਲਾ ਲਪੇਟੀ ਦਾ, ਸਾਡਾ ਰੌਲਾ ਕਿਵੇਂ ਨਿਬੜਦਾ ਸੀ। ਉਹ ਗੱਲ ਗੱਲ ਤੇ ਅੜ ਵੀ ਪੈਣਾ, ਬਿਨਾ ਗੱਲ ਤੋਂ ਲੜ ਵੀ ਪੈਣਾ, ਇੱਕ ਦੂਜੇ ਦੇ ਚੁੰਡੇ ਪੱਟ ਕੇ
ਉੱਥੇ ਮਣਾ ਲੈਂਦਾ ਸੀ ਵੀ ਘਰੇ ਜਾ ਕੇ ਦੱਸੂ ਬਾਪੂ ਅੱਡ ਗੁੱਟੂ ਇੱਕ ਦੂਜੇ ਦੇ ਚੁੰਡੇ ਪੱਟ ਕੇ ਬੋਲਣਾ ਫੇਰ ਦੁਬਾਰਾ just